ਚੌਥੇ ਰਾਉਂਡ ਦੀ ਕਾਊਂਟਿੰਗ ਮੁਕੰਮਲ ਹੋ ਗਈ ਹੈ ਮੇਰੇ ਸਹਿਯੋਗੀ ਅਵਤਾਰ ਡਿਟੇਲ ਲੈ ਕੇ ਆਏ ਨੇ ਅਵਤਾਰ ਜੀ ਕੀ ਚੌਥੇ ਰਾਉਂਡ ਤੋਂ ਬਾਅਦ ਅ ਜਿਸ ਤਰ੍ਹਾਂ ਕਾਂਗਰਸ ਕਦੀ ਅੱਗੇ ਹੋ ਰਹੀ ਸੀ ਕਦੀ ਆਮ ਆਦਮੀ ਪਾਰੇ ਲਗਾਤਾਰ ਦੂਸਰਾ ਰਾਉਂਡ ਹੈ ਜਿਹਦੇ ਵਿੱਚ ਕਾਂਗਰਸ ਫੇਰ ਅੱਗੇ ਹੈ ਕਿੰਨੇ ਸਭ ਤੋਂ ਪਹਿਲਾਂ ਦਰਸ਼ਕਾਂ ਦੱਸ ਦਿਓ ਕਿ ਕੀ ਰਿਜ਼ਲਟ ਨਹੀਂ ਆਇਆ ਇਸ ਵੇਲੇ ਬਿਲਕੁਲ ਤੀਸਰਾ ਰਾਉਂਡ ਜਿਹੜਾ ਮੁਕੰਮਲ ਹੋ ਚੁੱਕਾ ਸੀ ਤੀਸਰੇ ਰਾਉਂਡ ਦੇ ਵਿੱਚ 400 ਕੁਝ ਵੋਟਾਂ ਦੇ ਨਾਲ ਕਾਂਗਰਸ ਜਿਹੜੀ ਅੱਗੇ ਜਾ ਰਹੀ ਸੀ ਹੁਣ ਚੌਥਾ ਰਾਉਂਡ ਜਿਹੜਾ ਵਾ ਹੋ ਚੁੱਕਾ ਚੌਥੇ ਰਾਉਂਡ ਦੀ ਗੱ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਦਾਵਾ ਦੀ ਉਹਨਾਂ ਨੂੰ 13542 ਵੋਟਾਂ ਜਿਹੜੀਆਂ ਨੇ ਪਈਆਂ ਹੈਗੀਆਂ ਨੇ ਤੇ ਇਸੇ ਤਰ੍ਹਾਂ ਕਾਂਗਰਸ ਨੂੰ 13960 ਵੋਟਾਂ ਪਈਆਂ ਹਨ ਜੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਤੋਂ ਜੋ ਰਵਿਕਰ ਸਿੰਘ ਕਾਲੂ ਨੇ ਉਹਨਾਂ ਨੂੰ 1875 ਵੋਟਾਂ ਪਈਆਂ ਨੇ ਤੇ ਚੌਥੇ ਰੌਂਡ ਦੇ ਵਿੱਚ ਇੱਕ ਵਾਰ ਫਿਰ ਤੋਂ 418 ਵੋਟਾਂ ਦੇ ਨਾਲ ਕਾਂਗਰਸ ਪਾਰਟੀ ਦੇ ਜੋ ਉਮੀਦਵਾਰ ਵਾ ਉਹ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਜੀ ਇਹ ਮੈਂ ਦੱਸ ਦੇਣਾ ਚਾਹੁੰਦਾ ਕਿ ਪਹਿਲਾਂ ਇਸ ਤੋਂ ਪਹਿਲਾਂ ਤੀਸਰੇ ਰਾਉਂਡ ਦੇ ਵਿੱਚ ਅਵਤਾਰ ਜੀ 449 ਵੋਟਾਂ ਤੇ ਜਿਤਿੰਦਰ ਕੋਰਨ ਦਾ ਵਾਗ ਗਏ ਸੀਗੇ ਤਾਂ ਇਸ ਰਾਉਂਡ ਦੇ ਵਿੱਚ ਜ਼ਰੂਰ ਕੁਝ 10 30 ਵੋਟਾਂ ਜਿਹੜੀਆਂ ਨੇ ਉਹ ਵੱਧ ਪਈਆਂ ਨੇ ਗਰਦੀਪ ਸਿੰਘ ਰੰਧਾਵਾ ਨੂੰ ਪਰ ਓਵਰਆਲ ਚੌਥੇ ਰਾਉਂਡ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਰ ਹੁਣ ਕਾਂਗਰਸ ਆ ਜਿਹੜਾ ਗੱਲ ਕੀਤੀ ਜਾਵੇ ਕਿ ਕਾਂਗਰਸ ਲੀਡ ਵੱਲ ਵਧ ਰਹੀ ਹੈ ਕਿ ਫਸ ਹੋਏ ਮੁਕਾਬਲੇ ਦੇ 14 ਰਾਉਂਡ ਹੋਰ ਪਏ ਨੇ ਅਵਤਾਰ ਜੀ ਬਿਲਕੁਲ ਟੋਟਲ ਜਿਹੜੇ ਨੇ ਦੱਸਿਆ ਜਾ ਰਿਹਾ ਕਿ 18 ਰਾਉਂਡ ਜਿਹੜੇ ਟੋਟਲ ਹੈਗੇ ਨੇ ਜਿਨ੍ਹਾਂ ਵਿੱਚੋਂ 4 ਰਾਉਂਡ ਜਿਹੜੇ ਮੁਕੰ ਕਿਸਾ ਹੁਣ ਜਿਹੜਾ ਚੌਥਾ ਰਾਉਂਡ ਵਾ ਉਸ ਦੇ ਵਿੱਚ ਵੀ ਜਿਹੜੀ ਜਤਿੰਦਰ ਕੋਰ ਕਾਂਗਰਸ ਦੀ ਉਮੀਦਵਾਰ ਹੈ ਕਿ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਜੀ ਤਾਂ ਭਾਰਤੀ ਜਨਤਾ ਪਾਰਟੀ ਫਿਰ ਕੇ ਮੁਕਾਬਲੇ ਦੇ ਵਿੱਚ ਨਹੀਂ ਚਾਰ ਰਾਉਂਡਾਂ ਤੋਂ ਬਾਰੇ ਜਿਵੇਂ ਕਿ ਉਹ ਕਾਫੀ ਪਛੜ ਗਈ ਆ ਲੱਗਦਾ ਨਹੀਂ ਕਿ ਉਹ ਕਿਸੇ ਤਰ੍ਹਾਂ ਮੁਕਾਬਲੇ ਚ ਆ ਪਾਏਗੀ ਇਹ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਦਰਮਿਆਨ ਹੀ ਰਹੇਗਾ ਬਿਲਕੁਲ ਜੀ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਜਿਹੜੀ ਆ ਲਗਾਤਾਰ ਚਾਰ ਰਾਉਂਡ ਜਿਹੜੇ ਮੁਕੰਮਲ ਹੋ ਚੁੱਕੇ ਨੇ ਚਾਰਾਂ ਰਾਉਂਡਾਂ ਦੇ ਵਿੱਚ ਤੀਜੇ ਨੰਬਰ ਤੇ ਜਿਹੜੀ ਬੀਜੇਪੀ ਆ ਉਹ ਆਉਂਦੀ ਹੋਈ ਨਜ਼ਰ ਆ ਰ ਹਰੀ ਮੀਡੀਆ ਸੈਂਟਰ ਤੋਂ ਮਿਲ ਰਹੀ ਹੈ ਅ ਅਵਤਾਰ ਸਿੰਘ ਸਾਡੇ ਨਾਲ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਤਾਂ ਚੌਥਾ 라ਉਂਡ ਮੁਕੰਮਲ ਹੋ ਚੁੱਕਾ ਹੈ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ 400 ਪਲੱਸ ਵੋਟਾਂ ਦੇ ਨਾਲ 418 ਵੋਟਾਂ ਦੇ ਨਾਲ ਕਾਂਗਰਸ ਦੇ ਉਮੀਦਵਾਰ ਜਤਨਦਰ ਕੋ ਰੰਦਾਵਾ ਅੱਗੇ ਨੇ ਕੈਮਰਾਮੈਨ ਵਿਪਨ ਸ਼ਰਮਾ ਦੇ ਨਾਲ ਅਵਤਾਰ ਸਿੰਘ ਤੇ ਗਗਨਦੀਪ ਸ਼ਰਮਾ ਗਰਦਾਸਪੁਰ ਚੌਥੇ 라ਉਂਡ ਦੀ ਕਾਊਂਟਿੰਗ ਮੁਕੰਮਲ ਹੋ ਗਈ ਹੈ ਮੇਰੇ ਸਹਿਯੋਗੀ ਅਵਤਾਰ ਡਿਟੇਲ ਲੈ ਕੇ ਆਏ ਨੇ ਅਵਤਾਰ ਜੀ ਕੀ ਚੌਥੇ 라ਉਂਡ ਤੋਂ ਬਾਅਦ ਅ ਇਹ ਜਿਸ ਤਰ੍ਹਾਂ ਕਾਂਗਰਸ ਕਦੀ ਅੱਗੇ ਹੋ ਰਹੀ ਸੀ ਕਦੀ ਆਮ ਆ ਕਿੰਨੇ ਸਭ ਤੋਂ ਪਹਿਲਾਂ ਦਰਸ਼ਕਾਂ ਦੱਸ ਦਿਓ ਕਿ ਕੀ ਰਿਜ਼ਲਟ ਨਹੀਂ ਆਇਆ ਸੋ। ਬਿਲਕੁਲ ਤੀਸਰਾ ਰਾਉਂਡ ਜਿਹੜਾ ਮੁਕੰਮਲ ਹੋ ਚੁੱਕਾ ਸੀ ਤੀਸਰੇ ਰਾਉਂਡ ਦੇ ਵਿੱਚ 400 ਕੁਝ ਵੋਟਾਂ ਦੇ ਨਾਲ ਕਾਂਗਰਸ ਜਿਹੜੀ ਅੱਗੇ ਜਾ ਰਹੀ ਸੀ ਹੁਣ ਚੌਥਾ ਰਾਉਂਡ ਜਿਹੜਾ ਵਾ ਹੋ ਚੁੱਕਾ ਚੌਥੇ ਰਾਉਂਡ ਦੀ ਗੱਲ ਕੀਤੀ ਜਾਵੇ ਤਾਂ ਚੌਥੇ ਰਾਉਂਡ ਦੇ ਵਿੱਚ ਕਾਂਗਰਸ ਇੱਕ ਵਾਰ ਫੇਰ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ 418 ਵੋਟਾਂ ਦੇ ਨਾਲ ਕਾਂਗਰਸ ਜੋ ਹੈ ਲੀਡ ਕਰਦੀ ਹੋਈ ਨਜ਼ਰ ਆ ਰਹੀ ਆ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਗੁਰਦੀਪ ਸਿੰਘ ਰੰਦਾਵਾ ਦੀ ਉਹਨਾਂ ਨੂੰ 13542 ਵੋਟਾਂ ਜਿਹੜੀਆਂ ਨੇ ਪਈਆਂ ਹੈਗੀਆਂ ਨੇ ਤੇ ਨੇ ਉਹਨਾਂ ਨੂੰ 1875 ਵੋਟਾਂ ਪਈਆਂ ਨੇ ਤੇ ਚੌਥੇ ਰਾਉਂਡ ਦੇ ਵਿੱਚ ਇੱਕ ਵਾਰ ਫਿਰ ਤੋਂ 418 ਵੋਟਾਂ ਦੇ ਨਾਲ ਕਾਂਗਰਸ ਪਾਰਟੀ ਦੇ ਜੋ ਉਮੀਦਵਾਰ ਵਾ ਉਹ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਜੀ ਹਾਲਾਂਕਿ ਮੈਂ ਦੱਸ ਦੇਣਾ ਚਾਹੁੰਦਾ ਕਿ ਪਹਿਲਾਂ ਇਸ ਤੋਂ ਪਹਿਲਾਂ ਤੀਸਰੇ ਰਾਉਂਡ ਦੇ ਵਿੱਚ ਅਵਤਾਰ ਜੀ 449 ਵੋਟਾਂ ਤੇ ਜਿਦेंद्र ਕੋਰੋਂ ਦਾ ਵਾਗੇ ਸੀਗੇ ਤਾਂ ਇਸ ਰਾਉਂਡ ਦੇ ਵਿੱਚ ਜ਼ਰੂਰ ਕੁਝ 10 30 ਕੁ ਵੋਟਾਂ ਜਿਹੜੀਆਂ ਨੇ ਉਹ ਵੱਧ ਪਈਆਂ ਨੇ ਗਰਦੀਪ ਸਿੰਘ ਰੰਧਾਵਾ ਨੂੰ ਪਰ ਓਵਰਆਲ ਚੌਥੇ ਰਾਉਂਡ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਰ ਹੁਣ ਕਾਂਗਰਸ ਆ ਜਿਹੜਾ ਗੱਲ ਕੀਤੀ ਜਾਵੇ ਕਿ ਕਾਂਗਰਸ ਲੀਡ ਵੱਲ ਵਧ ਰਹੀ ਹੈ ਕਿ ਫਸੋ ਦੇ ਟੋਟਲ ਜਿਹੜੇ ਨੇ ਦੱਸਿਆ ਜਾ ਰਿਹਾ ਕਿ 18 ਰਾਊਂਡ ਜਿਹੜੇ ਟੋਟਲ ਹੈਗੇ ਨੇ ਜਿੰਨਾਂ ਵਿੱਚੋਂ 4 ਰਾਊਂਡ ਜਿਹੜੇ ਮੁਕੰਮਲ ਹੋ ਚੁੱਕੇ ਨੇ ਤੇ ਦੋ ਵਾਰ ਜਿਹੜੇ ਲਗਾਤਾਰ ਜਿਹੜੀ ਕਾਂਗਰਸ ਜਿਹੜੀ ਲੀਡ ਕਰਦੀ ਹੋਈ ਤੀਸਰੇ ਰਾਊਂਡ ਦੇ ਵਿੱਚ ਵੀ ਕਾਂਗਰਸ ਨੇ ਲੀਡ ਕੀਤੀ ਸੀ ਤਾਂ ਹੁਣ ਜਿਹੜਾ ਚੌਥਾ ਰਾਊਂਡ ਵਾ ਉਸ ਦੇ ਵਿੱਚ ਵੀ ਜਿਹੜੀ ਜਤਿੰਦਰ ਕੋਰ ਕਾਂਗਰਸ ਦੀ ਉਮੀਦਵਾਰ ਹੈਗੀ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਜੀ ਤਾਂ ਭਾਰਤੀ ਜਨਤਾ ਪਾਰਟੀ ਫਿਰ ਕੇ ਮੁਕਾਬਲੇ ਦੇ ਵਿੱਚ ਨਹੀਂ ਚਾਰ ਰਾਊਂਡਾਂ ਤੋਂ ਬਾਰੇ ਜਿਵੇਂ ਕਿ ਉਹ ਕਾਫੀ ਪਛੜ ਗਈ ਆ ਲੱਗਦਾ ਨਹੀਂ ਕਿ ਉਹ ਕਿਸੇ ਤਰ੍ਹਾਂ ਮੁਕਾਬਲੇ ਚ ਆ ਪਾਏਗੀ ਇਹ ਮੁਕਾਬਲਾ ਕਾਂਗਰਸ ਤੇ ਆ ਜੇ ਨੰਬਰ ਤੇ ਜਿਹੜੀ ਬੀਜੇਪੀ ਆ ਉਹ ਆਉਂਦੀ ਹੋਈ ਨਜ਼ਰ ਆ ਰਹੀ ਆ ਤਾਂ ਫਿਰ ਲਾਲ ਜਿਹੜੀ ਫਸਵੀਂ ਟੱਕਰ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਜਿਹੜੀ ਨਜ਼ਰ ਆ ਰਹੀ ਆ ਜੀ ਧੰਨਵਾਦ ਜੀ ਅਵਤਾਰ ਤਾਂ ਲਗਾਤਾਰ ਜਿਵੇਂ ਜਿਵੇਂ ਜਾਣਕਾਰੀ ਮੀਡੀਆ ਸੈਂਟਰ ਤੋਂ ਮਿਲ ਰਹੀ ਆ ਅਵਤਾਰ ਸਿੰਘ ਸਾਡੇ ਨਾਲ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਆ ਤਾਂ ਚੌਥਾ 라ਉਂਡ ਮੁਕੰਮਲ ਹੋ ਚੁੱਕਾ ਹੈ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ 400 ਪਲੱਸ ਵੋਟਾਂ ਦੇ ਨਾਲ 418 ਵੋਟਾਂ ਦੇ ਨਾਲ ਕਾਂਗਰਸ ਦੇ ਉਮੀਦਵਾਰ ਜਤਿੰਦਰ ਕੋ ਰੰਧਾਵਾ ਅੱਗੇ ਨੇ ਕੈਮਰਾਮੈਨ ਵਿਪਨ ਸ਼ਰਮਾ ਦੇ ਨਾਲ ਅਵਤਾਰ ਸਿੰਘ ਤੇ ਗ